उन्हें आपका परना जहा सी दूरा तीरा चौरा करया मोढ़े ते धरिया इत्थे ते खड़ा हो गया था वो थोड़ा बाबा नानक है ही नहीं सी सड़दा किवें असी फिर दफन किया तो साडा सी मैं कहा यह साडे बाबे नानक की ब्यूटी ये आ बाबे नानक की कमाई जिन्हों वह बंदा एक घंटा वह सारिया गल्ला सुन के अखीर च मैंने यह कह गया तेरा नहीं सी वो मेरा सी ननकाणा साहब गया तो उत्थे पता लग्या सिख तीजे नंबर ते आउंदे आ जिहड़े उत्थे जांदे आ पहला इत मुसलमान आते सब तो वह दूजे नंबर से हिंदू आते हैं तीजे नंबर पर हाँ सिंधी वो हिंदू है जी सारे वो तो तीजे नंबर पर सिख उत्थे जाते उस बाबे नानक दे असी वारसा पर अफसोस ये भी असी जिनी क गल साडे ते ढुकदी हुंदी है जिनी क सानू सूत आउंदी है उन्नी क वरत लैंदे आ ते बाकी वरत अक्सर एक मैं बाबे नानक की एक होर गल मैं बड़ी वधिया ऐतकी लगी वह भी मैं सदना शेयर करदा वो जिन्हां दे घरे मैं रुकिया सी जिहड़े उन्हां दे फाज़ साहब सी अब्बा कहिंदे सी उन्हूं सारे जणे ते मैं भी अब्बा कहण लग गया 6 फुट दे नेड़ कद सी 6 तो उत्ते ही कद हुआ ते बड़े डील डॉल वाले सी ते पुराने मैट्रिक पढ़े सी ते वो आगे मेरे कोले बह जांदे मंजे ते ते गल्लां करन लग जांदे कोई ना कोई इधर लियां उधर लियां हालांकि उन्हां दा कोई ਵੰਡ ਨਾਲ ਕੋਈ ਸੰਬੰਧ ਨਹੀਂ ਸੀ ਕਿਸੇ ਨਾਲ ਕੋਈ ਪੀੜ ਨਹੀਂ ਸੀ ਉਹਨਾਂ ਕੋਲ ਉੱਥੋਂ ਦੇ ਸੀ ਅਸੀਂ ਇੱਥੋਂ ਦੇ ਸੀ ਸਾਡਾ ਵੀ ਕੋਈ ਵੰਡ ਨਾਲ ਸੰਬੰਧ ਨਹੀਂ ਸੀ ਪਰ ਉਹ ਮੈਨੂੰ ਇੱਕ ਦਿਨ ਆ ਕੇ ਬੋਲਿਆ ਵੀ ਯਾਰ ਤੂੰ ਆ ਤੇਰੇ ਬਾਬੇ ਨਾਨਕ ਦੀਆਂ ਸੁਣਾ ਖਾਂ 4 ਗੱਲਾਂ ਕਹਿੰਦਾ ਮੈਨੂੰ ਉਹਦਾ ਅਤੇ ਮੈਂ ਕਿਹਾ ਚੱਲ ਬਾਬਾ ਜੀ ਸੁਣਾ ਦਿੰਦੇ ਹਾਂ ਆਪਾਂ ਬੈਠ ਆਪਾਂ ਜੀ ਆਪਦੀ ਬੁੱਧੀ ਮੁਤਾਬਕ ਬਾਬੇ ਨਾਨਕ ਦੇ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਬਚਪਨ ਤੋਂ ਸਾਖੀਆਂ ਸੁਣਦੇ ਆਏ ਹਾਂ ਮੈਂ ਸ਼ੇਅਰ ਕਰਦਾ ਗਿਆ ਅਤੇ ਉਹ ਇੰਨੇ ਇੰਟਰਸਟ ਹਲਾ ਅੱਛਾ ਵਾਹ ਜੀ ਵਾਹ ਧਾਨਾ ਜੀ ਧਾਨਾ ਐਂ ਕਰਕੇ ਸੁਣੀ ਗਿਆ ਜੀ ਅਤੇ ਆਪਾਂ ਸੁਣਾਈ ਗਏ ਐਂਡ 'ਤੇ ਕੀ ਜਿਹੜਾ ਸੀਨ ਹੁੰਦਾ ਉਹ ਸੀਨ ਮੈਨੂੰ ਬੜਾ ਪਿਆਰਾ ਲੱਗਦਾ ਅਤੇ ਮੈਂ ਕਿਸੇ ਨਾ ਕਿਸੇ ਆਪਦੇ ਲੇਖ 'ਚ ਜ਼ਰੂਰ ਉਹਨੂੰ ਦਰਜ ਕਰੂੰਗਾ ਪਰ ਮੈਂ ਜਿਹੜਾ ਉਹ ਮਾਣਿਆ ਮੈਨੂੰ ਨਹੀਂ ਲੱਗਦਾ ਮੈਂ ਉਹਨੂੰ ਅੱਖਰਾਂ 'ਚ ਪਰੋ ਸਕਦਾ ਬੋਲ ਕੇ ਜਾਂ ਦੱਸ ਕੇ ਐਂਡ 'ਤੇ ਮੈਨੂੰ ਉਹਦਾ ਕਹਿੰਦਾ ਚੰਗਾ ਫਿਰ ਮੈਨੂੰ ਇੱਕ ਗੱਲ ਦੱਸ ਤੂੰ ਤਾਂ ਹੁਣ ਬਹੁਤ ਸੁਣਾਤੀ ਆ ਕਹਿੰਦਾ ਮੇਰੀ ਇੱਕ ਗੱਲ ਦੱਸ ਮੈਨੂੰ ਉਹਦਾ ਮੈਂ ਕਿਹਾ ਜੀ ਕੀ ਹੁਣ ਉਹਨਾਂ ਦੀ ਆਪਾਂ ਜਦੋਂ ਬੋਲਦੇ ਹਾਂ ਆਪਾਂ ਥੋੜ੍ਹਾ ਸਤਿਕਾਰ ਦੀ ਭਾਸ਼ਾ ਆਪਣੀ ਹੋਰ ਹੁੰਦੀ ਆ ਆਪਾਂ ਤਾਂ ਇਕੱਲਾ ਨਾਨਕ ਕਹਿਣ ਤੋਂ ਵੀ ਗੁਰੇਜ਼ ਕਰਦੇ ਹਾਂ ਆਪਾਂ ਤਾਂ ਪੂਰੇ ਸਤਿਕਾਰ ਨਾਲ ਬੋਲਦੇ ਹਾਂ ਕਿਉਂਕਿ ਸਾਡੀ ਭਾਵਨਾਵਾਂ ਜੁੜੀਆਂ ਉਹ ਕਹਿੰਦਾ ਯਾਰ ਕਹਿੰਦਾ ਤੂੰ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਤੇਰੀਆਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਹਿੰਦਾ ਜਦੋਂ ਤੁਸੀਂ ਸਾੜਨ ਲੱਗੇ ਸੀ ਉਹਦੀ ਸਰੀਰ ਨੂੰ ਤਾਂ ਸੜਿਆ ਕਿਉਂ ਨਹੀਂ ਫਿਰ ਮੈਨੂੰ ਇਹ ਦੱਸ ਕਹਿੰਦਾ ਪੂਰਾ ਭੱਜ ਕੇ ਬੋਲਿਆ ਹੁਣ ਆਪਾਂ ਤਾਂ ਐਂ ਵੀ ਨਹੀਂ ਕਹਿ ਸਕਦੇ ਸੀ ਆਪਾਂ ਤਾਂ ਸੰਸਕਾਰ ਕਹਿੰਦੇ ਜਾਂ ਹੋਰ ਕਹਿੰਦੇ ਉਹਨਾਂ ਨੇ ਮਾਫੀ ਚਾਹੁਣਾ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਮੈਂ ਉਹੀ ਦੱਸ ਰਿਹਾ ਮੈਂ ਹਜੇ ਕੋਈ ਸੋਚਦਾ ਜਵਾਬ ਦਿੰਦਾ ਉਹਨੇ ਆਪਦਾ ਪਰਨਾ ਜਿਹਾ ਸੀ ਦੂਰਾ ਤੀਰਾ ਚੌਰਾ ਕਰਿਆ ਮੋਢੇ 'ਤੇ ਧਰਿਆ ਇੱਥੇ ਅਤੇ ਖੜਾ ਹੋ ਗਿਆ ਤਾਂ ਉਹ ਤੁਹਾਡਾ ਬਾਬਾ ਨਾਨਕ ਹੈ ਹੀ ਨਹੀਂ ਸੀ ਸੜਦਾ ਕਿਵੇਂ ਅਸੀਂ ਫਿਰ ਦਫਨ ਕੀਤਾ ਤਾਂ ਸਾਡਾ ਸੀ ਜਦੋਂ ਐਂ ਕਰਕੇ ਗਹਿ ਕੇ ਗਿਆ ਨਾ ਤਾਂ ਮੈਂ ਰੋਣ ਲੱਗ ਗਿਆ ਮੈਂ ਕਿਹਾ ਇਹ ਆ ਸਾਡੇ ਬਾਬੇ ਨਾਨਕ ਦੀ ਬਿਊਟੀ ਇਹ ਆ ਬਾਬੇ ਨਾਨਕ ਦੀ ਕਮਾਈ ਜਿਹਨੂੰ ਉਹ ਬੰਦਾ ਇੱਕ ਘੰਟਾ ਉਹਦੀਆਂ ਸਾਰੀਆਂ ਗੱਲਾਂ ਸੁਣ ਕੇ ਅਖੀਰ 'ਚ ਮੈਨੂੰ ਇਹ ਕਹਿ ਗਿਆ ਤੇਰਾ ਨਹੀਂ ਸੀ ਉਹ ਮੇਰਾ ਸੀ ਸੋ ਉਹਦੀ ਇੰਨੀ ਸਾਂਝ ਸੀ ਅਤੇ ਇਸ ਚੀਜ਼ ਦਾ ਮੈਨੂੰ ਮਾਣ ਉਦੋਂ ਵੀ ਹੋਇਆ ਜਦੋਂ ਨਨਕਾਣਾ ਸਾਹਿਬ ਗਿਆ ਤਾਂ ਉੱਥੇ ਪਤਾ ਲੱਗਿਆ ਸਿੱਖ ਤੀਜੇ ਨੰਬਰ 'ਤੇ ਆਉਂਦੇ ਆ ਜਿਹੜੇ ਉੱਥੇ ਜਾਂਦੇ ਪਹਿਲਾਂ ਉੱਥੇ ਮੁਸਲਮਾਨ ਆਉਂਦੇ ਆ ਸਭ ਤੋਂ ਵੱਧ ਦੂਜੇ ਨੰਬਰ 'ਤੇ ਹਿੰਦੂ ਆਉਂਦੇ ਆ ਤੀਜੇ ਨੰਬਰ 'ਤੇ ਹਾਂ ਸਿੰਧੀ ਉਹ ਹਿੰਦੂ ਆ ਜੀ ਸਾਰੇ ਉਹ ਅਤੇ ਤੀਜੇ ਨੰਬਰ 'ਤੇ ਸਿੱਖ ਉੱਥੇ ਜਾਂਦੇ ਆ ਸੋ ਇਹ ਸਾਡੇ ਬਾਬੇ ਨਾਨਕ ਦੀ ਬਿਊਟੀ ਸੀ ਉਸ ਬਾਬੇ ਨਾਨਕ ਦੇ ਅਸੀਂ ਵਾਰਸਾਂ ਪਰ ਅਫਸੋਸ ਇਹ ਆ ਵੀ ਅਸੀਂ ਜਿੰਨੀ ਕੁ ਗੱਲ ਸਾਡੇ 'ਤੇ ਢੁਕਦੀ ਹੁੰਦੀ ਆ ਜਿੰਨੀ ਕੁ ਸਾਨੂੰ ਸੂਤ ਆਉਂਦੀ ਆ ਉੰਨੀ ਕੁ ਵਰਤ ਲੈਂਦੇ ਹਾਂ ਅਤੇ ਬਾਕੀ ਨਹੀਂ ਅਸੀਂ ਵਰਤਦੇ ਸੋ ਇਹ ਕਿਤੇ ਨਾ ਕਿਤੇ ਸਾਡੀ ਤਰਾਸਦੀ ਆ।